ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਪਜੀ ਸਾਹਿਬ ਦੇ ਵਿੱਚ ਇਹ ਪਹਿਲਾ ਕੁਐਸਚਨ ਹੈ, ਸਵਾਲ ਹੈ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ ਸਾਹਮਣੇ ਰੱਖਿਆ। ਔਰ ਇਹ ਸਾਡੇ ਅੰਦਰ ਦੀ ਵੇਦਨਾ ਗੁਰਬਾਣੀ ਦਾ, ਇਹ ਬੜਾ ਵਿਲੱਖਣ ਗੁਰੂ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਆ ਕਿ ਜਿਹੜੀ ਵੀ ਬਾਤ ਕੀਤੀ ਆਪਣੇ 'ਤੇ ਟੁਕਾ ਕੇ ਕੀਤੀ, ਕਿਸੇ ਦੂਸਰੇ ਨੂੰ ਨਹੀਂ ਆਖਿਆ ਵੀ ਤੂੰ ਇਸ ਤਰ੍ਹਾਂ ਦਾ। ਜਦੋਂ ਵੀ ਔਗਣਾਂ ਦੀ ਗੱਲ ਆਈ, ਕਿਸੇ ਨੁਕਸ ਦੀ ਗੱਲ ਆਈ, ਕਿਸੇ ਕਮੀ ਦੀ ਗੱਲ ਆਈ, ਤਾਂ ਸਤਿਗੁਰਾਂ ਨੇ ਆਪਣੇ 'ਤੇ ਉਂਗਲ ਰੱਖ ਕੇ, ਇਨਸਾਨ ਦੀ, ਸਾਡੇ ਵਰਗਿਆਂ ਦੀ ਬੁੱਧੀ ਇਹ ਹੈ ਵੀ ਅਸੀਂ ਚੰਗਾ 'ਤੇ ਕਹਿਣਾ ਹੋਵੇ ਅਤੇ ਆਪਣਾ ਮੋਢਾ ਥਾਪੜ ਕੇ ਕਹਿੰਦੇ ਹਾਂ ਮੈਂ ਬੜਾ ਵਧੀਆ ਹਾਂ, ਅਤੇ ਮਾੜਾ ਕਹਿਣਾ ਹੋਵੇ ਹਮੇਸ਼ਾ ਬੰਦਾ ਐਗਜ਼ਾਮਪਲ ਜਿਹੜੀ ਆ ਉਹ ਕਿਸੇ ਦੂਸਰੇ ਦੀ ਦਿੰਦਾ, ਉਦਾਹਰਣ ਕਿਸੇ ਦੂਸਰੇ ਨੂੰ ਕਹਿੰਦਾ ਫਲਾਣਾ ਇਸ ਤਰ੍ਹਾਂ ਦਾ। ਅਕਸਰ ਸ਼ਬਦ ਤੁਸੀਂ ਸੁਣੇ ਹੋਣਗੇ, ਵੇਖੋ ਜੀ ਲੋਕ ਕਿਸ ਤਰ੍ਹਾਂ ਦੇ ਹੋ ਗਏ, ਸੰਸਾਰ ਕਿੱਡਾ ਮਾੜਾ ਹੋ ਗਿਆ ਜੀ, ਦੁਨੀਆ ਕਿੱਡੀ ਭੈੜੀ ਹੋ ਗਈ। ਪਰ ਬੰਦਾ ਇਹ ਸੋਚਣ ਤੋਂ ਕਈ ਵਾਰੀ ਪਰਾਂ ਚਲਾ ਜਾਂਦਾ ਵੀ ਭਲਿਆ ਤੂੰ ਵੀ ਤਾਂ ਉਸੇ ਦੁਨੀਆ ਦਾ ਹਿੱਸਾ ਹੈ, ਤੂੰ ਵੀ ਤਾਂ ਉਸੇ ਸੰਸਾਰ ਦਾ ਹੈ। ਗੁਰਮਤ ਇਹ ਕਹਿੰਦੀ ਹੈ ਕਿ ਪਹਿਲਾਂ ਆਪਣੇ ਤੋਂ ਗਿਣਤੀ ਸ਼ੁਰੂ ਕਰ, ਦੂਸਰੇ ਦੀ ਬਾਤ ਬਾਅਦ ਵਿੱਚ ਕਰ। ਔਰ ਇਹਨੂੰ ਮੁਹੰਮਦ ਸ਼ਾਹ ਜਿਹੜਾ ਬਹਾਦਰ ਸ਼ਾਹ ਜ਼ਫਰ ਨੇ ਤਾਂ ਕਰਕੇ ਬੜਾ ਸੁੰਦਰ ਉਹਨੇ ਦੋ ਲਾਈਨਾਂ ਵਿੱਚ ਇਹ ਸ਼ਬਦ ਕਹਿ ਸਨ। ਉਹ ਕਹਿੰਦੇ ਜਬ ਨਾ ਥੀ ਆਪਣੇ ਗੁਨਾਹੋਂ ਕੀ ਖਬਰ, ਦੇਖਤੇ ਥੇ ਦੁਨੀਆ ਕੇ ਐਬੋ ਹੁਨਰ, ਜਬ ਆਪਣੇ ਗੁਨਾਹੋਂ ਪਰ ਪੜੀ ਨਿਗਾਹ, ਤੋ ਦੁਨੀਆ ਮੇਂ ਕੋਈ ਬੁਰਾ ਨਾ ਰਹਾ। ਜਿੱਦਣ ਆਪਣੇ ਅੰਦਰ ਝਾਕਣ ਦਾ ਯਤਨ ਕੀਤਾ, ਬਾਬੇ ਫਰੀਦ ਨੇ ਬਚਨ ਵਰਤਿਆ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲੇਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਕਹਿੰਦੇ ਆਪਣੇ ਗਿਰੇਵਾਨ ਦੇ ਵਿੱਚ ਝਾਕ ਕੇ ਤੇਰਾ ਜੀਵਨ ਕੈਸਾ। ਤਾਂ ਕਰਕੇ ਇੱਥੇ ਮਹਾਰਾਜ ਨੇ ਜਿਹੜਾ ਬਚਨ ਆਖਿਆ, ਕਿਵ ਸਚਿਆਰਾ ਹੋਈ ਹੈ, ਸਚਿਆਰ ਔਰ ਕਿਵ ਕੂੜੇ ਟੁੱਟੇ ਪਾਲ, ਦੋ ਸ਼ਬਦ ਨੇ ਕੂੜਿਆਰ ਅਤੇ ਸਚਿਆਰ। ਅਤੇ ਮਨੁੱਖ ਦੀ ਸਾਰੀ ਜ਼ਿੰਦਗੀ ਦੀ ਯਾਤਰਾ ਵੀ ਇਹ ਕਿ ਉਹਨੇ ਕੂੜਿਆਰ ਤੋਂ ਸਚਿਆਰ ਤੱਕ ਪਹੁੰਚਣਾ ਹੈ। ਕੂੜ ਦਾ ਅਰਥ ਹੈ ਝੂਠ, ਅਤੇ ਸੱਚ ਉਹ ਪਰਮੇਸ਼ਰ ਪਰਮਾਤਮਾ ਹੈ। ਇਸ ਕੂੜੇ ਟੁੱਟੇ ਪਾਲ, ਪਾਲ ਦਾ ਅਰਥ ਹੈ ਕੰਧ। ਕਹਿੰਦੇ ਇੱਕ ਕੂੜ ਦੀ ਕੰਧ ਹੈ ਜਿਹਨੂੰ ਤੋੜ ਕੇ ਉਸ ਨਿਰੰਕਾਰ ਤੱਕ, ਸਚਿਆਰ ਤੱਕ ਤੇਰੀ ਪਹੁੰਚ ਆਉਣੀ ਹੈ। ਉਹਦੇ ਵਾਸਤੇ ਇਹ ਕਿਵੇਂ ਹੋ ਸਕਦਾ ਹੈ? ਮਹਾਰਾਜ ਨੇ ਕਿਵ ਸ਼ਬਦ ਵਰਤਿਆ, ਜਿਸ ਦਾ ਅਰਥ ਹੈ ਕਿਵੇਂ, ਸਵਾਲ ਕੀਤਾ, ਕਿਵ ਸਚਿਆਰਾ ਹੋਈ ਹੈ ਮਹਾਰਾਜ, ਅਸੀਂ ਕਿਵੇਂ ਸਚਿਆਰ ਹੋ ਸਕਦੇ ਹਾਂ? ਕਿਵ ਕੂੜੇ ਟੁੱਟੇ ਪਾਲ, ਕਿਵੇਂ ਇਹ ਕੂੜ ਦੀ ਕੰਧ ਟੁੱਟ ਸਕਦੀ ਹੈ? ਤਾਂ ਮਹਾਰਾਜ ਸਾਹਿਬ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਇੱਕੋ ਹੀ ਇੱਕ ਤਰੀਕਾ ਹੈ ਕਿ ਉਹਦੀ ਰਜ਼ਾ ਦੇ ਵਿੱਚ ਆ ਜਾ, ਉਹਦੇ ਹੁਕਮ ਦੇ ਵਿੱਚ ਆ ਜਾ। ਅਤੇ ਰਜ਼ਾ ਉਹਦੀ, ਉਹਨੂੰ ਆਖਿਆ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ, ਗੱਲ ਚੰਗੀ। ਅਸੀਂ ਰਜ਼ਾ ਵਿੱਚ ਕਿਉਂ ਨਹੀਂ ਆਉਂਦੇ? ਜੇ ਮੇਰੇ ਮੁਤਾਬਕ ਕੁਛ ਹੋਇਆ ਤਾਂ ਮੈਂ ਕਹਿੰਦਾ ਰੱਬ ਨੇ ਠੀਕ ਕੀਤਾ, ਜੇ ਮੇਰੀ ਸੋਚ ਮੇਰੀ ਵਿਚਾਰ ਦੇ ਕੁਝ ਉਲਟ ਹੋ ਰਿਹਾ ਅਤੇ ਮੈਂ ਨਾਲ ਦੀ ਨਾਲ ਰੱਬ ਨੂੰ ਵੀ ਉਲਾਂਭਾ ਦੇਣ ਲੱਗਿਆਂ ਦੇਰ ਨਹੀਂ ਲਾਉਂਦਾ, ਮੈਂ ਕਹਿੰਦਾ ਨਹੀਂ ਰੱਬ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਤਾਂ ਕਰਕੇ ਆਸਾ ਕੀ ਵਾਰ ਵਿੱਚ ਹੀ ਸਤਿਗੁਰਾਂ ਦਾ ਬਚਨ ਹੈ, ਸਾਹਿਬ ਕਹਿੰਦੇ ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ। ਸੋ ਕਹਿੰਦੇ ਰੱਬ ਦਾ ਆਸ਼ਕ ਵੀ ਅਖਵਾਉਣਾ ਅਤੇ ਉਹਦੇ ਕੀਤੇ ਹੋਏ ਨੂੰ ਇਹ ਵੀ ਆਖੇ, ਨਹੀਂ ਜੀ ਆਹ ਤਾਂ ਤੁਸੀਂ ਇੰਨਾ ਕੁ ਠੀਕ ਕੀਤਾ ਪਰ ਤੁਹਾਨੂੰ ਐ ਨਹੀਂ ਸੀ ਕਰਨਾ ਚਾਹੀਦਾ। ਤਾਂ ਇਹਦਾ ਮਤਲਬ ਹੈ ਸਾਡਾ ਸ਼ਿਕਵਾ ਹੈ, ਸ਼ਿਕਾਇਤ ਹੈ। ਜਦੋਂ ਅਸੀਂ ਇਹ ਸ਼ਬਦ ਕਈ ਵਾਰੀ ਮੁੱਖ ਤੋਂ ਨਹੀਂ ਕਹਿੰਦੇ, ਮਨ ਵਿੱਚ ਆ ਜਾਂਦਾ, ਅੰਦਰ ਆ ਜਾਂਦੀ ਬਾਤ, ਨਹੀਂ ਜੀ ਰੱਬ ਨੂੰ ਐਂ ਨਹੀਂ ਸੀ, ਐਂ ਕਰਨਾ ਚਾਹੀਦਾ। ਭਾਵ ਕੀ ਹੈ ਕਿ ਜੋ ਮੈਂ ਸੋਚਦਾ ਹਾਂ, ਜੋ ਮੈਂ ਵਿਚਾਰਦਾ ਹਾਂ ਜਾਂ ਮੇਰੇ ਮਨ ਦੀ ਬਾਤ ਹੈ, ਉਹਨੂੰ ਉਹ ਕਰਨਾ ਚਾਹੀਦਾ। ਪਰ ਸਾਹਿਬ ਕਹਿੰਦੇ ਅਸਲ ਵਿੱਚ ਤੈਨੂੰ ਸਮਝ ਨਹੀਂ ਆਉਂਦੀ, ਉਹ ਜੋ ਵੀ ਕਰਦਾ ਹੈ ਭਲਾ ਹੀ ਕਰਦਾ ਹੈ। ਕਈ ਵਾਰੀ ਸਾਡੀ ਬਿਰਤੀ ਉਹ ਨਹੀਂ ਹੁੰਦੀ, ਜਾਂ ਅਸੀਂ ਮਨੁੱਖ ਹਾਂ, ਸਾਡੀ ਸੋਚ ਇੰਨੀ ਲੰਬੀ ਨਹੀਂ ਹੁੰਦੀ ਕਿ ਅਸੀਂ ਦੇਖ ਸਕੀਏ। ਅਸੀਂ ਕੇਵਲ ਵਕਤੀ ਤੌਰ 'ਤੇ ਵੇਖਦੇ ਵੀ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ, ਜਦੋਂ ਉਹਦੇ ਭਵਿੱਖ ਵਿੱਚ ਨਤੀਜੇ ਆਉਂਦੇ ਨੇ ਫਿਰ ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਇਹ ਤਾਂ ਚੰਗਾ ਹੀ ਹੋਇਆ, ਉਦੋਂ ਇਸ ਤਰ੍ਹਾਂ ਹੋ ਗਿਆ। ਪਰ ਇੱਕ ਵਾਰੀ ਅਸੀਂ ਸ਼ਿਕਾਇਤ ਵੀ ਕਰ ਦਿੱਤੀ, ਸ਼ਿਕਵਾ ਵੀ ਕਰ ਦਿੱਤਾ, ਲੇਕਿਨ ਉਹਦਾ ਪਿਆਰਾ ਉਹ ਹਮੇਸ਼ਾ ਉਹਦੇ ਰਜ਼ਾ ਵਿੱਚ ਹੈ। ਉਹ ਜੋ ਵੀ ਕਰਦਾ ਹੈ ਉਹ ਕਹਿੰਦਾ ਮਾਲਕ ਮੈਨੂੰ ਪ੍ਰਵਾਨ ਹੈ, ਮੈਂ ਤੇਰੇ ਹੁਕਮ। ਸਾਹਿਬ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਧੁਰ ਤੋਂ ਨਾਲ ਲਿਖਿਆ ਵਿਧੀ। ਅਸੀਂ ਵੀ ਕਿਤੇ ਉਹਦੀ ਰਜ਼ਾ ਵਿੱਚ ਆ ਜਾਈਏ, ਸ਼ਿਕਵੇ ਸ਼ਿਕਾਇਤਾਂ ਛੱਡ ਕੇ ਸ਼ੁਕਰਾਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।